ਨਵਾਂਸ਼ਹਿਰ ਦੁਆਬਾ ਇਸ ਵਕਤ ਪਹੁੰਚ ਚੁੱਕਾ ਆ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਪਿੰਡ ਖਟਕੜ ਕਲਾਂ, ਉਹਨਾਂ ਦੇ ਅਸਥਾਨ 'ਤੇ ਪਹੁੰਚ ਚੁੱਕੇ ਹਾਂ। ਔਰ ਇਹਨਾਂ ਦੇ ਜੋ ਸਰਦਾਰ ਭਗਤ ਸਿੰਘ ਜੀ ਨੇ ਇਹਨਾਂ ਦੇ 117ਵੇਂ ਜਨਮ ਦਿਨ ਨੂੰ ਸਮਰਪਿਤ ਜੋ ਇੱਥੇ ਅੱਜ ਪ੍ਰੋਗਰਾਮ ਹੋ ਰਿਹਾ, ਆਓ ਚੱਲਦੇ ਹਾਂ, ਅਸੀਂ ਤੁਹਾਨੂੰ ਵੀ ਦਿਖਾਉਂਦੇ ਹਾਂ। ਮੇਰੀ ਆਵਾਜ਼ ਸੁਣ ਰਹੇ ਹਰ ਇੱਕ ਇਨਸਾਨ ਨੂੰ, ਹਰ ਇੱਕ ਇਨਸਾਨ ਨੂੰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਤੇ ਅੱਜ ਇੰਜ ਲੱਗਦਾ ਹੈ ਜਿਵੇਂ ਉਹਨਾਂ ਦੇ ਸਾਥੀ, ਉਹਨਾਂ ਦੇ ਵਿਚਾਰਾਂ ਵਾਲੇ ਦੇਸ਼ ਭਗਤ ਅੱਜ ਸਾਡੇ ਬਿਲਕੁਲ ਲਾਗੇ ਆਪਣੇ ਨਾਰਿਆਂ ਤੇ ਨਜ਼ਮਾਂ ਦੇ ਨਾਲ ਇਸ ਪਾਵਨ ਮੁਕਤ ਸਾਸ ਬਣੀ ਹੈ ਆਂਧੀ ਸੀ, ਤੂਫਾਨ ਉਠਾ ਹੈ ਸੀਨੇ ਮੇ, ਜਬ ਤੱਕ ਗੁਲਾਮ ਹੈ ਦੇਸ਼ ਮੇਰਾ, ਮੌਜ ਕਹਾਂ ਹੈ ਜੀਨੇ ਮੇ, ਮੌਜ ਕਹਾਂ ਹੈ ਜੀਨੇ ਮੇ। ਅਸੀਂ ਸਥਾਨ 'ਤੇ ਇਸ ਟਾਈਮ ਜਿਹੜਾ ਉਹ ਪਹੁੰਚ ਚੁੱਕੇ ਹਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ। ਕਾਫੀ ਨਵੇਕਲਾ ਕਦਮ ਚੁੱਕੇ ਗਏ ਸਾਡੇ ਕਾਲਜ ਵੱਲੋਂ, ਇੱਥੇ ਆ ਕੇ ਸਾਨੂੰ ਕਾਫੀ ਵਧੀਆ ਲੱਗਿਆ। ਉਸ ਪਾਵਨ ਧਰਤੀ 'ਤੇ ਆਏ ਹਾਂ ਅਸੀਂ ਜਿੱਥੇ ਸ਼ਹੀਦ ਆਜ਼ਮ ਭਗਤ ਸਿੰਘ ਨੇ ਆਪਣਾ ਜਨਮ ਬਚਪਨ ਬਤੀਤ ਕੀਤਾ, ਅਤੇ ਇੰਨੇ ਸਫ਼ਰਾਂ ਤੋਂ ਉਹਨਾਂ ਨੇ ਸ਼ੁਰੂ ਹੋ ਕੇ ਦੇਸ਼ ਦੀ ਆਜ਼ਾਦੀ ਦੀ ਲਗਾਮ ਫੜੀ ਹੈ। ਅਤੇ ਅੱਜ ਜੇ ਅਸੀਂ ਮਤਲਬ ਸੁਤੰਤਰ ਦੇਸ਼ ਦੇ ਵਿੱਚ ਜੀ ਰਹੇ ਹਾਂ, ਉਹ ਸਿਰਫ ਸਰਦਾਰ ਭਗਤ ਸਿੰਘ ਵਰਗੇ ਨੌਜਵਾਨ ਸੂਰਬੀਰਾਂ ਦੀ ਦੇਣ ਕਰਕੇ ਹੀ ਹਾਂ। ਸੋ ਸਾਨੂੰ ਬਹੁਤ ਵਧੀਆ ਲੱਗੇ ਇੱਥੇ ਆ ਕੇ। ਬਹੁਤ ਬਹੁਤ ਸਾਨੂੰ ਲੱਗਦਾ ਜਿਹੜੇ ਸ਼ਹੀਦਾਂ ਦੇ ਸੁਪਨੇ ਦਾ ਸਾਕਾਰ ਹੋ ਗਿਆ। ਆਪਾਂ ਜੇ ਗੱਲ ਕਰੀਏ ਜੇ ਉਹਨਾਂ ਦੇ ਸੁਪਨੇ ਸੀ ਇੱਕ ਸੁਤੰਤਰ ਭਾਰਤ ਦੇ ਸੀਗੇ, ਪਰ ਜੇ ਅੱਜ ਦੇ ਸਮੇਂ ਦੀ ਆਪਾਂ ਗੱਲ ਕਰੀਏ ਨੌਜਵਾਨਾਂ ਦਾ ਜ਼ਿਆਦਾ ਰੁਝਾਨ ਹੋ ਗਿਆ ਵਿਦੇਸ਼ਾਂ ਵੱਲ ਨੂੰ। ਵਿਦੇਸ਼ਾਂ ਦੇ ਨਾਲ ਨਾਲ ਇੱਥੋਂ ਦੀ ਨੌਜਵਾਨ ਪੀੜ੍ਹੀ ਜੇ ਆਪਾਂ ਗੱਲ ਕਰੀਏ ਉਹ ਨਸ਼ਿਆਂ ਦੇ ਵਿੱਚ ਪੈ ਗਏ ਆ। ਸੋ ਲੋੜ ਹੈ ਵੀ ਆਪਾਂ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰੀਏ, ਤਾਂ ਜੋ ਮਤਲਬ ਜਿਹੜੇ ਸੁਪਨੇ ਉਹਨਾਂ ਨੇ ਦੇਖੇ ਸੀ ਸੁਤੰਤਰ ਦੇਸ਼ ਦੇ ਲਈ ਉਹ ਅੱਜ ਆਪਾਂ ਪੂਰੇ ਕਰ ਸਕੀਏ। ਜਿਵੇਂ ਨੌਜਵਾਨ ਪਹਿਲਾਂ ਆਉਂਦੇ ਸੀ ਲੋਕ ਮੇਲਾ ਹੁੰਦਾ ਸੀ, ਅੱਜ ਲੋਕ ਮੇਲਾ ਘੱਟ ਤੇ ਰਾਸੀ ਮੇਲਾ ਜ਼ਿਆਦਾ ਬਣ ਕੇ ਰਹਿ ਗਿਆ ਖੱਟਰ ਕਲਾਂ ਦਾ ਸ਼ਹੀਦੀ ਮੇਲਾ। ਹਾਂਜੀ ਇਹ ਤਾਂ ਹੈ। ਦੇਖੋ ਮੰਨ ਕੇ ਚੱਲੋ ਵੀ ਇੱਥੇ ਜੇ ਆਪਾਂ ਗੱਲ ਕਰੀਏ ਪਹਿਲਾਂ ਲੋਕ ਸੀਗੇ ਇਤਿਹਾਸ ਦੇ ਪ੍ਰਤੀ ਜਾਣੂ ਹੁੰਦੇ ਸੀ, ਅੱਜ ਕੱਲ੍ਹ ਕੀ ਹੈ ਮਤਲਬ ਜੇ ਕੋਈ ਵੱਡਾ ਲੀਡਰ ਆ ਗਿਆ ਮਤਲਬ ਜ਼ਿਆਦਾ ਜ਼ੋਰ ਤਾਂ ਹੁੰਦਾ ਬਸ ਉਹਨਾਂ ਨਾਲ ਇੱਕ ਫੋਟੋ ਹੋ ਜੇ ਤਾਂ ਬਸ ਮਕਸਦ ਪੂਰਾ ਹੋ ਜਾਂਦਾ। ਪਰ ਅੱਜ ਜੇ ਆਪਾਂ ਗੱਲ ਕਰੀਏ ਤਾਂ ਮਤਲਬ ਲੋਕਾਂ ਦੀ ਇਹ ਸੋਚ ਬਣ ਕੇ ਰਹਿ ਗਈ ਹੈ, ਪਰ ਜੇ ਪਿਛਲੇ ਸਮਿਆਂ ਦੀ ਜੇ ਆਪਾਂ ਗੱਲ ਕਰੀਏ ਉਦੋਂ ਮਤਲਬ ਲੋਕਾਂ ਨੂੰ ਸੀਗਾ ਵੀ ਇਤਿਹਾਸ ਪ੍ਰਤੀ ਜਾਣੂ ਹੋਈ, ਆਪਣੇ ਬੱਚਿਆਂ ਨੂੰ ਜਾਣੂ ਕਰਵਾਈਏ। ਅੱਜ ਕੱਲ੍ਹ ਜੇ ਆਪਾਂ ਗੱਲ ਕਰੀਏ ਮਾਂ ਪਿਓ ਹੀ ਨਹੀਂ ਇੱਥੇ ਆਪਦੇ ਬੱਚਿਆਂ ਨੂੰ ਲਿਆਉਣਗੇ, ਮਤਲਬ ਬੱਚਿਆਂ ਨੂੰ ਇਤਿਹਾਸ ਬਾਰੇ ਕਿਵੇਂ ਪਤਾ ਲੱਗੇ। ਨੌਜਵਾਨ ਸਾਥੀਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ? ਨੌਜਵਾਨ ਸਾਥੀਆਂ ਨੂੰ ਇਹ ਹੀ ਸੁਨੇਹਾ ਜੀ ਵੀ ਸਰਦਾਰ ਭਗਤ ਸਿੰਘ, ਰਾਜਗੁਰੂ ਸੁਖਦੇਵ ਅਤੇ ਹੋਰ ਚੰਦਰ ਸ਼ੇਖਰ ਆਜ਼ਾਦ ਹੋਰਾਂ ਨੇ ਜਿਹੜੇ ਵੀ ਸੁਪਨੇ ਵੇਖੇ ਸੀ ਉਹਨਾਂ ਦੇ ਸੁਤੰਤਰ ਭਾਰਤ ਦੇ ਲਈ ਦੇਖੇ ਗਏ ਸੁਪਨੇ ਅੱਜ ਦੇ ਸਮੇਂ ਦੇ ਵਿੱਚ ਆਪਾਂ ਪੂਰੇ ਕਰੀਏ, ਅਤੇ ਵਿਦੇਸ਼ਾਂ ਵੱਲ ਤੋਂ ਰੁਝਾਨ ਘਟਾਈਏ, ਨਸ਼ਿਆਂ ਤੋਂ ਦੂਰ ਰਹੀਏ। ਇੱਕ ਮਿੰਟ। ਔਰ ਅਤੁੱਟ ਜਿਹੜਾ ਲੰਗਰ ਹੈਗਾ ਉਹ ਵਰਤਾਇਆ ਜਾ ਰਿਹਾ, ਤੁਸੀਂ ਦੇਖ ਪਾ ਰਹੇ ਹੋ। ਔਰ ਤੁਸੀਂ ਦੇਖ ਪਾ ਰਹੇ ਹੋ ਕਿ ਨੈਸ਼ਨਲ ਹੈਲਥ ਮਿਸ਼ਨ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਇੱਥੇ ਉਹਨਾਂ ਦਾ ਵੀ ਇੱਕ ਜਿਹੜਾ ਆ ਵਿਸ਼ੇਸ਼ ਕੈਂਪ ਜਿਹੜਾ ਉਹ ਲੱਗਾ ਹੋਇਆ ਆ। ਔਰ ਭਾਸ਼ਾ ਵਿਭਾਗ ਪੰਜਾਬ ਵੱਲੋਂ ਜੋ ਦਫ਼ਤਰ ਜ਼ਿਲ੍ਹਾ ਭਾਸ਼ਾ ਵਿਭਾਗ ਉਹਨਾਂ ਵੱਲੋਂ ਵੀ ਜਿਹੜੀ ਹੈ ਇੱਥੇ ਪ੍ਰਦਰਸ਼ਨੀ ਲਗਾਈ ਹੋਈ ਹੈਗੀ ਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਲੁਧਿਆਣਾ ਉਹਨਾਂ ਵੱਲੋਂ ਵੀ ਤੁਸੀਂ ਦੇਖ, ਬੇਗਮਪੁਰਾ ਬੁੱਕ ਸ਼ਾਪ ਉਹਨਾਂ ਵੱਲੋਂ ਵੀ ਤੁਸੀਂ ਦੇਖ ਪਾ ਰਹੇ ਹੋ ਕਿ ਪ੍ਰਦਰਸ਼ਨੀ ਜੋ ਹੈਗੀ ਆ ਇੱਥੇ ਲਗਾਈ ਹੋਈ।
ਔਰ ਮਾਰਕਫੇਡ ਵੱਲੋਂ ਵੀ ਜਿਹੜਾ ਹੈਗਾ ਆ ਉਹ ਵੀ ਇੱਕ ਜਿਹੜਾ ਇੱਥੇ ਸਟਾਲ ਲੱਗਾ ਹੋਇਆ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਵੀ ਜਿਹੜਾ ਉਹ ਲਗਾਇਆ ਜੈਵਿਕ ਕਿਸਾਨ ਮੰਡੀ, ਜਾਣੀ ਜੈਵਿਕ ਕਿਸਾਨ ਮੰਡੀ ਜਿਹੜਾ ਆ, ਜੂਸ ਵਗੈਰਾ ਜਿਹੜਾ ਆ, ਆਟਾ ਵਗੈਰਾ ਉਹਨਾਂ ਵੱਲੋਂ ਲਗਾਇਆ, ਔਰ ਬੇਰਕਾ ਵਾਲਿਆਂ ਵੱਲੋਂ ਵੀ ਆਪਣਾ ਇੱਧਰ ਇੱਕ ਲੱਗਾ ਹੋਇਆ ਆ। ਔਰ ਇੱਧਰ ਤੁਸੀਂ ਦੇਖ ਪਾ ਰਹੇ ਹੋ ਖਾਲਸਾ ਵੰਡਰਫੁੱਲ ਪੀਜ਼ਾ, ਇੱਥੇ ਵੀ ਕਾਫੀ ਜਿਹੜਾ ਰਸ਼ ਹੈ ਇਸ ਟਾਈਮ। ਲਕਸ਼ਮੀ ਸਵੀਟ ਅਤੇ ਮਿਲਕ ਬਾਰ, ਇਹਨਾਂ ਦਾ ਵੀ ਤੁਸੀਂ ਦੇਖ ਪਾ ਰਹੇ ਹੋ, ਔਰ ਇਹ ਵੀ ਤੁਸੀਂ ਦੇਖ ਪਾ ਰਹੇ ਹੋ ਇੱਕ ਜੂਸ ਬਾਰ ਦੀ ਜਿਹੜੀ ਆ ਉਹ ਵੀ ਇੱਕ ਇੱਥੇ ਸਟਾਲ ਲੱਗਾ ਹੋਇਆ ਆ। ਔਰ ਇੱਥੇ ਜਿਹੜਾ ਅਚਾਰ ਵਗੈਰਾ ਜਿਹੜਾ ਆ ਉਹ ਵੀ ਜਿਹੜਾ ਆ ਇਸ ਮੌਕੇ ਦੇ ਉੱਪਰ ਤੁਸੀਂ ਦੇਖ ਪਾ ਰਹੇ ਹੋ। ਔਰ ਸਾਡੀ ਕੋਸ਼ਿਸ਼ ਹੈਗੀ ਆ ਕਿ ਜਿੰਨੇ ਵੀ ਸਟਾਲ ਲੱਗੇ ਹੋਏ ਨੇ ਉਹ ਤੁਹਾਨੂੰ ਜਿਹੜੇ ਇੱਥੇ ਦੇ ਦਿਖਾਲੇ ਜਾਣ। ਸਿੰਘ ਟਰਬਨ ਸਟੂਡੀਓ ਵੱਲੋਂ ਵੀ ਜਿਹੜਾ ਹੈਗਾ ਉਹ ਵੀ ਇੱਥੇ ਰਿਕਾਰਡਿੰਗ ਵਗੈਰਾ ਜੋ ਹੋ ਰਹੀ ਆ। ਔਰ ਨਸ਼ਿਆਂ ਦੇ ਖਿਲਾਫ਼ ਜਿਹੜਾ ਆ ਉਹ ਵੀ ਹਸਤਾਕਸ਼ਰ ਮੁਹਿੰਮ ਜਿਹੜੀ ਆ ਉਹ ਇੱਥੇ ਸ਼ੁਰੂ ਕੀਤੀ ਗਈ ਆ। ਬਾਕੀ ਆ ਦੇਖਣ ਯੋਗ ਹੈਗਾ ਆ ਪੰਜਾਬੀ ਜਿਹੜਾ ਆ ਇੱਥੇ ਸਾਰਾ ਕੁਝ ਜਿਹੜਾ ਚਰਖੇ ਵਗੈਰਾ ਪੀੜ੍ਹੀਆਂ ਵਗੈਰਾ ਤੁਸੀਂ ਦੇਖ ਪਾ ਰਹੇ ਹੋ, ਕਿਉਂਕਿ ਅੱਜ ਦੀ ਕਈ ਵਾਰ ਪੀੜ੍ਹੀ ਨੂੰ ਇਹ ਨਹੀਂ ਪਤਾ ਵੀ ਹਲਟੀ ਕੀ ਹੁੰਦੀ ਆ, ਹਲਟੀ ਸ਼ਬਦ ਹੀ ਨਹੀਂ ਪਤਾ ਹੋਣਾ ਕਿ ਇਹ ਕੀ ਹੁੰਦਾ ਆ। ਇੱਥੇ ਜਿਹੜੀ ਉਹ ਪ੍ਰਦਰਸ਼ਨੀ ਤੁਸੀਂ ਦੇਖੋ ਇਹ ਲਗਾਈ ਹੋਈ ਆ, ਔਰ ਟਿੰਡਾ ਜਿਹੜੀਆਂ ਟਿੰਡਾ ਸ਼ਬਦ ਵੀ ਨਹੀਂ ਪਤਾ ਹੋਏਗਾ, ਪਾਣੀ ਦੀਆਂ ਜਿਹੜੀਆਂ ਉਹ ਬਲਕਲ ਆ ਬੜੀ ਬਾਬੇ ਕਾਫੀ ਖੂਬਸੂਰਤ ਜਿਹੜੀ ਆ ਲਗਾਈ ਹੋਈ ਆ। ਔਰ ਇੱਧਰ ਦੇਖੋ ਕਿਸੇ ਨੂੰ ਇਹ ਭਾਂਡਿਆਂ ਬਾਰੇ ਵੀ ਨਹੀਂ ਪਤਾ ਹੋਣਾ ਵੀ ਇਹ ਭਾਂਡੇ ਕਿਹੜੇ ਕਿਹੇ ਦੇ ਭਾਂਡੇ ਹੁੰਦੇ ਸੀ, ਪਿੱਤਲ ਦੇ ਭਾਂਡੇ ਹੁੰਦੇ ਸੀ ਇਹੋ ਜਿਹੇ, ਇਹ ਵੀ ਨਹੀਂ ਪਤਾ ਹੋਏਗਾ। ਇੱਥੇ ਪੰਜਾਬੀ ਜਿਹੜਾ ਆ ਉਹ ਦ੍ਰਿਸ਼ ਜਿਹੜਾ ਆ ਦਿਖਾਇਆ ਗਿਆ ਆ ਉਹ ਤੁਸੀਂ ਦੇਖ ਪਾ ਰਹੇ ਹੋ। ਬਾਕੀ ਭੜੋਲੀ ਭੜੋਲੀ ਸ਼ਬਦ ਹੀ ਨਹੀਂ ਪਤਾ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਕਿ ਇਹ ਕੀ ਹੁੰਦੀ ਹੈਗੀ ਆ, ਉਹਨਾਂ ਵੱਲੋਂ ਜਿਹੜਾ ਇਹ ਪ੍ਰਦਰਸ਼ਨੀ ਜਿਹੜੀ ਆ ਉਹ ਲਗਾਈ ਗਈ ਹੈਗੀ ਆ। ਔਰ ਜਿਹੜੀ ਪੁਰਾਣੀ ਪਰੰਪਰਾ ਹੈਗੀਆਂ ਆ ਹਲ ਵਗੈਰਾ ਤੁਸੀਂ ਹਲ ਦੇਖ ਸਕਦੇ ਹੋ, ਪੁਰਾਣੀ ਪਰੰਪਰਾ ਜਿਹੜੀ ਆ ਉਹ ਇੱਥੇ ਜਿਹੜੀ ਦਰਸਾਈ ਗਈ ਆ। ਬਾਕੀ ਪੂਰੇ ਮੇਲੇ ਦੇ ਵਿੱਚ ਜਿਹੜਾ ਇੱਕ ਇਹ ਨਜ਼ਾਰਾ ਇੱਕ ਵੱਖਰਾ ਹੈਗਾ ਆ ਜਿਹੜਾ ਦੇਖਣ ਯੋਗ, ਕਿਉਂਕਿ ਜਦੋਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਉਸ ਵਕਤ ਉਹਨਾਂ ਦੇ ਸਮੇਂ ਦੇ ਵਿੱਚ ਇਹੀ ਪਰੰਪਰਾ ਹੁੰਦੀ ਸੀ, ਇਹੀ ਪਰੰਪਰਾ ਉਹਨਾਂ ਦੇ ਸਮੇਂ ਦੇ ਵਿੱਚ ਹੁੰਦੀ ਸੀਗੀ। ਔਰ ਸਾਡੀ ਕੋਸ਼ਿਸ਼ ਹੈਗੀ ਆ, ਔਰ ਇੱਧਰ ਦੇਖੋ ਉਸ ਵੇਲੇ ਬਾਜ਼ਾਰ ਵਗੈਰਾ ਲੱਗੇ ਹੁੰਦੇ ਸੀਗੇ ਗਹਿਣੇ ਗੱਟਿਆਂ ਦੇ, ਅੱਜ ਕੱਲ੍ਹ ਤਾਂ ਨਕਲੀ ਸੋਨਾ ਪਾਉਣਾ ਵੀ ਜਿਹੜਾ ਆ ਉਹ ਵੀ ਬੰਦਾ ਘਰ ਵਿੱਚ ਵੀ ਪਾ ਕੇ ਨਹੀਂ ਬੈਠ ਸਕਦਾ ਹੈਗਾ, ਹਾਲਾਤ ਇਹੋ ਜਿਹੇ ਹੋ ਗਏ ਨੇ। ਇੱਧਰ ਦੇਖੋ ਇੱਧਰ ਜਾਗੋ, ਬਾਕੀ ਇਹ ਪੁਰਾਣੀ ਪਰੰਪਰਾ ਹੈ ਇਸ ਸਮੇਂ ਨਵੇਂ ਸਮੇਂ ਦੇ ਵਿੱਚ ਵੀ ਜਿਹੜੀ ਆ ਇਹ ਚੱਲ ਰਹੀ ਹੈਗੀ ਆ। ਔਰ ਤੁਹਾਨੂੰ ਇਹ ਬਾਜ਼ਾਰ ਬਾਹਰ ਦਾ ਜਿਹੜਾ ਹੈ ਦ੍ਰਿਸ਼ ਅਸੀਂ ਦਿਖਾ ਰਹੇ ਹਾਂ, ਔਰ ਸੈਲਫ ਹੈਲਪ ਗਰੁੱਪਾਂ ਵੱਲੋਂ ਟ੍ਰੇਨਿੰਗ ਲੈ ਕੇ ਜੰਗਲੀ ਉਪਜਾ ਤੋਂ ਤਿਆਰ ਕੀਤੇ ਗਏ ਪ੍ਰੋਡਕਟ ਜਿਹੜੇ ਆ ਉਹ ਵੀ ਤੁਸੀਂ ਦੇਖ ਪਾ ਰਹੇ ਹੋ। ਆਸਾਨ ਕਿਸ਼ਤਾਂ ਦੇ ਉੱਪਰ ਦੇਖੋ ਜੀ 0% ਵਿਆਜ ਅਤੇ ਮੋਬਾਈਲ ਆ, ਪਰਸ ਵਗੈਰਾ। ਔਰ ਜਿਸ ਤਰ੍ਹਾਂ ਅਸੀਂ ਹਰ ਸਾਲ ਤੁਹਾਨੂੰ ਦਿਖਾਉਂਦੇ ਆ ਇੱਥੇ ਆ ਜਾਓ ਪੰਜਾਬ ਦਾ ਦਿਲ ਖਿੱਚਵਾਂ ਨਜ਼ਾਰਾ ਪੰਜਾਬੀ ਜੁੱਤੀ ਔਰ ਅਚਾਰ ਵਗੈਰਾ ਜਿਹੜੇ ਹੈਗੇ ਆ ਇੱਥੇ ਤੁਹਾਨੂੰ ਦਿਖਾ ਰਹੇ ਹਾਂ ਅਸੀਂ। ਇਹ ਹੈਗਾ ਦੀ ਉਡਾਨ ਸਹਿਕਾਰੀ ਸੈਲਫ ਹੈਲਪ ਗਰੁੱਪ ਵੱਲੋਂ ਆ ਜਿਹੜਾ ਆ, ਔਰ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਤੁਹਾਨੂੰ ਜਿਹੜਾ ਪੂਰੇ ਦਾ ਪੂਰਾ ਮੇਲਾ ਜਿਹੜਾ ਆ ਉਹ ਨਵਾਂ ਸ਼ਹਿਰ ਦੁਆਬਾ ਯੂਟਿਊਬ ਚੈਨਲ ਦੇ ਉੱਪਰ ਜਿਹੜਾ ਉਹ ਤੁਹਾਨੂੰ ਅਸੀਂ ਸਾਰੇ ਦਾ ਸਾਰਾ ਮੇਲਾ ਜਿਹੜਾ ਆ ਉਹ ਦਿਖਾ ਪਾਈਏ। ਪੁਰਾਣੀ ਪਰੰਪਰਾ ਦੇ ਮੁਤਾਬਕ ਜਿਹੜੇ ਆ ਮੇਜ਼ ਟੇਬਲ ਕੁਰਸੀਆਂ ਜੋ ਵੀ ਆ ਤੁਸੀਂ ਉਹ ਦੇਖ ਪਾ ਰਹੇ ਹੋ। ਔਰ
ਇਸ ਮੇਲੇ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ। ਸੈਲਫ ਹੈਲਪ ਗਰੁੱਪ ਦੁਆਰਾ ਤਿਆਰ ਕੀਤੇ ਗਏ ਵਧੀਆ ਕੁਆਲਿਟੀ ਦੇ ਕੁੜਤੇ ਪਜਾਮੇ ਜਿਹੜੇ ਆ ਇਹ ਤੁਸੀਂ ਵਧੀਕ ਵੱਲੋਂ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਸ਼ਹੀਦ ਭਗਤ ਸਿੰਘ। ਇਸ ਵਾਰ ਤੁਸੀਂ ਮੇਲੇ ਵਿੱਚ ਦੇਖ ਸਕਦੇ ਹੋ ਕਿ ਕੁਰਸੀਆਂ ਟੋਟਲ ਖਾਲੀ ਪਈਆਂ ਹੋਈਆਂ ਨੇ, ਵੀ ਸਨ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਵਿਜ਼ਨ ਇਸ ਮਾਨਵਤਾ ਨੂੰ ਦੁਨੀਆ ਨੂੰ ਇੱਕ ਬਹੁਤ ਵੱਡਾ ਵਿਜ਼ਨ ਦਿੱਤਾ ਔਰ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਨ ਵਾਸਤੇ ਇੱਕ ਸਾਡੇ ਵਾਸਤੇ ਪੂਰੀ ਦੁਨੀਆ ਵਾਸਤੇ ਚਾਨਣ ਮੁਨਾਰਾ ਬਣੇ। ਇੱਕ ਵਾਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਆਪਣੇ ਬਚਾਓ ਦੇ ਵਿੱਚ ਅਪੀਲ ਕਿਉਂ ਨਹੀਂ ਕਰਦੇ ਤਾਂ ਉਹਨਾਂ ਨੇ ਕਿਹਾ ਸੀਗਾ ਜਿਸ ਕਾਰਨ ਦੀ ਮੈਂ ਪ੍ਰਤੀਨਿਧਤਾ ਕਰਦਾ ਉਹ ਕਾਰਨ ਅਪੀਲਾਂ ਨਾਲ ਨਹੀਂ, ਉਹ ਕਾਰਨ ਕੁਰਬਾਨੀ ਦੇ ਨਾਲ। ਆਰਥਿਕ ਆਜ਼ਾਦੀ ਹੋਵੇ, ਇਹੋ ਜਿਹਾ ਸਮਾਜ ਸਿਰਜਣ ਦਾ ਉਹਨਾਂ ਦਾ ਇੱਕ ਵਿਜ਼ਨ ਸੀਗਾ। ਕਾਰਲ ਮਾਰਕਸ, ਲੈਨਨ ਜਿਹੜੇ ਕਿ ਬਹੁਤ ਵੱਡੇ ਕ੍ਰਾਂਤੀਕਾਰੀ ਇਸ ਦੁਨੀਆ ਦੇ ਵਿੱਚ ਹੋਏ ਨੇ, ਉਹਨਾਂ ਦਾ ਫਲਸਫਾ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਵਾਸਤੇ ਇੱਕ ਨੌਜਵਾਨ ਉਮਰ ਦੇ ਵਿੱਚ ਮਹਿਜ਼ 23 ਸਾਲ ਦੀ ਉਮਰ ਦੇ ਵਿੱਚ ਫਾਂਸੀ ਦੇ ਰੱਸੇ ਨੂੰ ਚੁੰਮਣਾ ਕਿਸੇ ਮਾਰਚ 2022 ਦੇ ਵਿੱਚ, ਅਤੇ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਫੈਸਲਾ ਲਿਆ ਕਿ ਉਹ ਆਸ਼ੀਰਵਾਦ ਲੈਣ ਵਾਸਤੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਜਿਹੜੀ ਆ ਇਸ ਖੱਟਰ ਜਿੱਥੇ ਤੱਕ ਵੀ ਤੁਸੀਂ ਦੇਖੋਗੇ ਔਰ ਉਹਨਾਂ ਨੇ ਤਕਰੀਬਨ ਕੁਰਸੀਆਂ ਜਿਹੜੀਆਂ ਉਹ ਖਾਲੀ ਹੀ ਨਜ਼ਰ ਆਣਗੀਆਂ ਚੁੱਕੀ ਔਰ ਸਾਡੇ ਆਫੀਸਰ ਸਾਹਿਬ ਤੁਸੀਂ ਦੇਖ ਸਕਦੇ ਕੁਰਸੀਆਂ ਸਾਰੇ ਪਾਸੇ ਖਾਲੀ ਦੀਆਂ ਖਾਲੀਆਂ ਪਈਆਂ ਹੋਈਆਂ ਨੇ। ਵਧੀਆ ਪ੍ਰੋਗਰਾਮ ਕੀਤਾ, ਕਾਰਨ ਇਹੀ ਆ ਮੇਰੇ ਆਪਣੇ ਕੰਮ ਕਰਦਾ ਇਹਦੇ ਪਿੱਛੇ ਕਾਰਨ ਇਹੀ ਆ ਜੋ ਅਸੀਂ ਕਹਿ ਚੁੱਕੇ ਹਾਂ ਕਿ ਜਦੋਂ VIP ਜਦੋਂ ਆਉਂਦੇ ਨੇ ਉਹਨਾਂ ਦੀ ਐਂਟਰੀ ਬੜੇ ਸੌਖੇ ਤਰੀਕੇ ਨਾਲ ਕਰ ਦਿੱਤੀ ਜਾਂਦੀ ਸੀ। ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਸਮੁੱਚਾ ਪੰਜਾਬ ਉਹਨਾਂ ਦੇ ਜਨਮ ਦਿਨ ਮੌਕੇ ਯਾਦ ਕਰ ਰਿਹਾ। ਮੁੱਖ ਮੰਤਰੀ ਸਾਹਿਬ ਦੀ ਵਿਸ਼ੇਸ਼ ਪਹਿਲਕਦਮੀ 'ਤੇ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਮੁੜ ਤੋਂ ਮੇਲੇ ਮਨਾਉਣ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਇਸੇ ਦੇ ਤਹਿਤ ਅੱਜ ਤੋਂ ਖੱਟਕੜ ਕਲਾਂ ਵਿਖੇ ਸ਼ੁਰੂ ਹੋ ਰਿਹਾ ਇਹ 2 ਦਿਨਾਂ ਇਨਕਲਾਬ ਮੇਲਾ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੀਤਾ ਗਿਆ ਹੈ। ਵੱਡੇ ਵੱਡੇ ਪ੍ਰਾਈਮ ਮਿਨਿਸਟਰ ਆਉਂਦੇ, ਰਾਸ਼ਟਰਪਤੀ ਆਉਂਦਾ, ਸਾਰੇ ਲੀਡਰ ਆਉਂਦੇ ਆ। ਜਾਣੀ ਤੁਸੀਂ ਆਪਣੀ ਆਵਾਜ਼ ਇੱਦਾਂ ਕਰਕੇ ਪਹੁੰਚਾਉਣਾ ਚਾਹੁੰਦੇ ਆ, ਪਰ ਜਿਹੜੀ ਸੜਕ ਹੈਗੀ ਆ ਉਹ ਤੇ ਆਪਣੇ ਤੁਸੀਂ ਕਰਨਾਣੇ ਤੋਂ ਲੈ ਕੇ ਇੱਥੇ ਭਗਤ ਸਿੰਘ ਜੀ ਦੇ ਪਿੰਡ ਤੱਕ ਆਉਂਦੀ ਆ, ਉਹ ਨਹੀਂ ਅੱਜ ਤੱਕ ਦਾ 10-15 ਸਾਲਾਂ ਤੋਂ ਬਣੀ। ਦੇਖੋ ਬਣੀ ਇੱਦਾਂ ਦੇ ਮਸਲੇ ਬਹੁਤ ਹਾਲ ਹੈ, ਪਰ ਇਸ ਟਾਈਮ ਪਬਲਿਕ ਦਾ ਹਾਲ ਦੇਖੋ ਇੱਥੇ ਕੀ ਹੈਗਾ ਆ, ਔਰ ਇਹ ਸਦਾ ਬਹਾਰ ਇੱਥੇ ਪਬਲਿਕ ਆਉਂਦੀ ਜਾਂਦੀ ਇੱਦਾਂ ਹੀ ਆ, ਔਰ ਐਕਸੀਡੈਂਟ ਇੱਥੇ ਕੀਤੀ ਤੁਸੀਂ ਦੇਖਿਓ ਨਹੀਂ। ਅਸੀਂ ਖਬਰਾਂ ਲਾਉਂਦੇ ਹਾਂ, ਅਸੀਂ ਤਕਰੀਬਨ ਹੀ ਖਬਰਾਂ ਲਾਉਂਦੇ ਇੱਥੇ ਦੀਆਂ ਜੀ। ਫਿਰ ਸਾਨੂੰ ਇੱਕ ਗੱਲ ਹੋਰ ਦੱਸੋ ਜੀ, ਅੰਦਰ ਅਸੀਂ ਜਾ ਕੇ ਆਏ ਹਾਂ ਜੀ, ਇੱਥੇ ਜਿਹੜਾ ਹੈਗਾ ਜੀ ਭਗਤ ਸਿੰਘ ਨੇ ਆਜ਼ਾਦੀ ਮੰਗੀ ਸੀ ਕਿ ਆਮ ਪਬਲਿਕ ਤੇ ਖਾਸ VIP ਇੱਕ ਬਰਾਬਰ ਹੋਣੇ ਚਾਹੀਦੇ ਆ, ਬਿਲਕੁਲ ਹੋਣੇ ਚਾਹੀਦੇ, ਪਰ ਸਾਨੂੰ ਤੁਸੀਂ ਇਹ ਦੱਸੋ ਇਹ ਗੱਲ ਕਰੋ
ਕੁਰਸੀਆਂ ਸਾਰੀਆਂ ਖਾਲੀ ਪਈਆਂ ਨੇ, ਅੱਜ ਉਹਨਾਂ ਦੇ 117ਵੇਂ ਜਨਮ ਦਿਨ ਤੇ ਆਮ ਲੋਕ ਕਿਉਂ ਨਹੀਂ ਆਏ? ਇਹ ਕਾਰਨ ਵਾ, ਅਸ ਲੋਕੀ ਪਾਰਟੀਆਂ ਦੇ ਨਾਲ ਸੰਬੰਧਿਤ ਹੋ ਕੇ ਬੰਨ ਹੋਏ ਆ। ਨਹੀਂ, ਆਮ ਪਬਲਿਕ ਕਿਉਂ ਨਹੀਂ ਆਈ? ਆਮ ਪਬਲਿਕ ਵੀ ਸਾਰੀ ਬੰਨ ਹੋਈ ਹੋ ਆ। ਇਹ ਜਿਹੜੀ ਆਊਗੀ, ਜਿਹੜੀ ਸਰਕਾਰਾਂ ਨੂੰ ਹਿਲਾਉਣ ਵਾਲੀ ਹੁੰਦੀ ਨਾ ਪਬਲਿਕ, ਉਹ 25% 25% ਵਾ, ਬਾਕੀ ਸਾਰੇ ਲੀਡਰਾਂ ਨਾਲ ਜੁੜੀ ਹੋ, ਜਿੱਦਾਂ 25 ਪਲਟਾ ਮਾਰਦੀ ਉਹਨੂੰ ਚਿਤਾ ਕੇ ਪਰੇ ਮਾਰ। ਤੁਸੀਂ ਸਮਝਦੇ ਫਿਰ ਸਿਆਸੀ ਕਰਨੇ ਆ? ਇਹ ਸਾਰਾ ਸਿਆਸੀ ਆ, ਹੋਰ ਕੀ ਆ? ਅਕਾਲੀ ਏਜੰਟ ਉਹ ਵੀ ਸਿਆਸੀ ਆ, ਕਾਂਗਰਸ ਏਜੰਟ ਉਹ ਵੀ ਸਿਆਸੀ ਆ, ਇਹ ਆ ਇਹ ਵੀ ਸਿਆਸੀ ਆ। ਜੇ ਇਹ ਜਦੋਂ ਮੇਰੀ CID ਉੱਪਰ ਤੱਕ ਜਾ ਸਕਦੀ ਹੈ ਕਿ ਬੰਦਾ ਇਹ ਮੰਗ ਲੈ ਕੇ ਘੁੰਮ ਰਿਹਾ ਆ, ਤੇ ਤੁਹਾਨੂੰ ਇੰਨਾ ਨਹੀਂ ਪਤਾ ਕਿ ਇਹਦੇ ਕੋਲ ਬਣਨਾ ਚਾਹੀਦਾ ਆ, ਇੱਥੇ ਬੱਸ ਖੜਨੀ ਚਾਹੀਦੀ ਆ। ਤੁਹਾਡਾ ਨਾਮ ਕੀ ਆ ਤੇ ਤੁਸੀਂ ਆਪਣੇ ਬਾਰੇ ਵੀ ਦੱਸੋ? ਮੇਰਾ ਨਿਰਮਲ ਸਿੰਘ ਰੀਹਲ ਹੈ ਨਾਂ ਮੇਰਾ, ਮੈਂ ਪਿੰਡ ਕਰੀਹੇ ਦਾ ਰਹਿਣ ਵਾਲਾ ਹਾਂ। ਮੈਂ ਨਵਾਂ ਸ਼ਹਿਰ ਤੋਂ ਹਰਿਮੰਦਰ ਸਾਹਿਬ ਰੇਲ ਗੱਡੀ ਵਾਸਤੇ ਵੀ ਜੱਦੋਜਹਿਦ ਕੀਤੀ ਸੀ, 4 ਮਹੀਨੇ 3 ਮਹੀਨੇ ਟਰਾਇਲ ਹੋ ਕੇ ਗੱਡੀ, ਹੁਣ ਇਹ ਜੱਦੋਜਹਿਦ ਜਿਹੜੀ ਕਰ ਰਹੇ ਹੋ ਇਹਨੂੰ ਬੂਰ ਪਏਗਾ? ਮੈਂ ਤੁਰ ਪਿਆ ਆ, ਮੈਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਆ, ਪਵੇ ਨਾ ਪਵੇ। ਤੁਸੀਂ ਆਵਾਜ਼ ਪਹੁੰਚਾ ਰਹੇ ਹੋ, ਪਹੁੰਚਾ ਰਹੇ ਹਾਂ। ਸ਼ੁਕਰੀਆ। ਮੈਡੀਕਲ ਪ੍ਰੈਕਟੀਸ਼ੀਅਨ ਐਸੋਸੀਏਸ਼ਨ ਪੰਜਾਬ ਵੱਲੋਂ ਜਿਹੜਾ ਆ ਕਿ ਇੱਥੇ ਇਹਨਾਂ ਦੇ ਜਨਮ ਦਿਨ ਦੇ ਉੱਪਰ ਕੇਕ ਕੱਟਿਆ ਗਿਆ, ਔਰ ਤੁਸੀਂ ਇੱਥੇ ਦਾ ਜਿਹੜਾ ਇਹ ਦੇਖ ਪਾ ਰਹੇ ਹੋ ਪੂਰਾ ਦ੍ਰਿਸ਼, ਤੁਹਾਨੂੰ ਅਸੀਂ ਨਵਾਂ ਸ਼ਹਿਰ ਦੁਆਬਾ ਯੂਟਿਊਬ ਚੈਨਲ 'ਤੇ ਦਿਖਾ ਰਹੇ ਹੈਗੇ ਹਾਂ। ਔਰ ਕੇਕ ਜੋ ਹੈਗਾ ਕੱਟਿਆ ਗਿਆ ਆ, ਉਹ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਹਿਰ ਦੁਆਬਾ ਯੂਟਿਊਬ ਚੈਨਲ। ਮੈਡੀਕਲ ਪ੍ਰੈਕਟੀਸ਼ੀਅਨ ਐਸੋਸੀਏਸ਼ਨ ਪੰਜਾਬ ਰਜਿਸਟਰਡ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਆ, ਜਿਹੜਾ ਇਹਨਾਂ ਦੇ 117ਵੇਂ ਜਨਮ ਦਿਨ 'ਤੇ ਕੇਕ ਕੱਟਿਆ ਗਿਆ, ਔਰ ਅਸੀਂ ਇਹਨਾਂ ਕੋਲੋਂ ਜਾਣਦੇ ਹਾਂ ਇਹ ਕੀ ਕਹਿਣਾ ਚਾਹੁੰਦੇ ਹਾਂ ਇਸ ਮੌਕੇ ਦੇ ਉੱਪਰ। ਹਾਂਜੀ, ਜੈ ਹਿੰਦ ਜੀ। ਅਤੇ ਪਹਿਲਾਂ ਤਾਂ ਆਪਣਾ ਨਾਮ ਔਰ ਇਹ ਕਿਹਨਾਂ ਵੱਲੋਂ ਹੈਗਾ? ਮੈਂ ਡਾਕਟਰ ਕਸ਼ਮੀਰ ਸਿੰਘ ਢਿੱਲੋਂ, ਜ਼ਿਲ੍ਹਾ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਧੰਨਾਵਾਂ ਲਗਵਾਏ। ਠੀਕ ਹੈ ਜੀ। ਅੱਜ ਅਸੀਂ ਸ਼ਹੀਦ ਭਗਤ ਸਿੰਘ ਜੀ ਦਾ 117ਵਾਂ ਜਨਮ ਦਿਨ ਮਨਾਉਣ ਲਈ ਇਕੱਠੇ ਹੋਏ ਹਾਂ, ਔਰ ਇੱਕ ਸਾਡੀ ਜਥੇਬੰਦੀ ਦਾ ਇੱਕ ਮਿਸ਼ਨ ਹੈ ਕਿ ਕਿਉਂਕਿ ਇੱਥੇ ਉਹਨਾਂ ਦੀ ਸਮਾਰਕ ਹੈ, ਉਹਨਾਂ ਦੇ ਘਰ 'ਤੇ ਬਹੁਤ ਯਾਦਗਾਰ ਹੈ, ਇਹਨਾਂ ਦੇ ਸਰਕਾਰੀ ਪ੍ਰੋਗਰਾਮ ਦੀ ਸਰਕਾਰੀ ਫੰਕਸ਼ਨ ਵੀ ਇੱਥੇ ਹੁੰਦੇ ਰਹਿੰਦੇ ਆ, ਇੱਥੇ ਤੱਕ ਕਿ ਮੁੱਖ ਮੰਤਰੀ ਤੱਕ ਇੱਥੇ ਤਕਰੀਬਨ ਅੱਜ ਵੀ ਆਉਣਾ ਸੀ, ਉਹਨਾਂ ਦੀ ਸਿਹਤ ਖਰਾਬ ਹੋਣ ਕਾਰਨ ਨਹੀਂ ਆਏ। ਪਰ ਸਾਡੀ ਜਥੇਬੰਦੀ ਦਾ ਇਹ ਮਿਸ਼ਨ ਹੈ ਕਿ ਅੱਜ ਦੇ ਦਿਨ ਜਿਹੜੇ ਭਗਤ ਸਿੰਘ ਜੀ ਦਾ ਸ਼ਹੀਦੀ ਦਿਨ ਹੈ ਜਾਂ ਜਨਮ ਦਿਨ ਹੈ, ਇਹਨਾਂ ਦੋ ਦਿਨਾਂ 'ਚ ਅਸੀਂ ਸਰਕਾਰੀ ਕੰਮਾਂ 'ਚ ਕੋਈ ਵਿਘਨ ਨਹੀਂ ਪਾਉਂਦੇ। ਜਨਮ ਦਿਨ ਹਮੇਸ਼ਾ ਅਸੀਂ ਕੇਕ ਕੱਟ ਕੇ ਮਨਾਉਂਦੇ ਹਾਂ, ਸ਼ਰਧਾ ਦੇ ਫੁੱਲ ਭੇਟ ਕਰਕੇ ਜਾਂਦੇ ਹਾਂ ਸ਼ਹੀਦੀ ਦਿਨ 'ਤੇ। ਜੇ ਸਾਨੂੰ ਸਰਕਾਰ ਨਾਲ ਰੋਛੇ ਆ, ਗਿਲੇ ਆ, ਸਰਕਾਰਾਂ ਨਾਲ ਸਾਡੀਆਂ ਲੜਾਈਆਂ ਚੱਲਦੀਆਂ ਆ ਔਰ ਚੱਲਦੀਆਂ ਰਹਿਣੀਆਂ ਆ, ਪਰ ਇਹ ਨਹੀਂ ਹੈਗਾ ਕਿ ਜਿਹੜੇ ਸ਼ਹੀਦਾਂ ਦੇ ਦਿਨ ਹੈ ਇਹਨਾਂ ਨੂੰ ਅਸੀਂ ਬਿਲਕੁਲ ਫ੍ਰੀ ਰੱਖਿਆ ਹੋਇਆ। ਜੇ ਕੋਈ ਸਾਨੂੰ ਤੰਗ ਪਰੇਸ਼ਾਨੀ ਸਾਡੇ ਕਿਸੇ ਵੀ ਮੈਂਬਰ ਨੂੰ ਆਉਂਦੀ ਹੈ ਤਾਂ ਉਹਨਾਂ ਦੇ ਡਿਸਟ੍ਰਿਕਟ ਲੈਵਲ 'ਤੇ ਦਫ਼ਤਰ ਸਾਡੇ ਤੋਂ ਕੋਈ ਭੁੱਲੇ ਹੋਏ ਨਹੀਂ। ਅਸੀਂ ਇਹ ਗੱਲ ਪੱਕੀ ਹੈ ਕਿ ਹਥਿਆਰ ਚਲਾਉਣੇ ਛੱਡੇ ਆ, ਹਥਿਆਰ ਚਲਾਉਣੇ ਅਸੀਂ ਭੁੱਲੇ ਨਹੀਂ ਹੈਗੇ। ਸੋ ਜੇ ਸਾਡੇ ਨਾਲ ਪ੍ਰਸ਼ਾਸਨ ਵੀ ਤਾਲਮੇਲ 'ਚ ਚੱਲਦਾ ਤਾਂ ਅਸੀਂ ਉਹਨਾਂ ਦੇ ਕਿਸੇ ਵੀ ਕਾਰਜ ਵਿੱਚ ਵਿਘਨ ਨਹੀਂ ਪਾਉਂਦੇ। ਅੱਜ ਦੇ ਦਿਨ ਸਰ ਅਸੀਂ ਸ਼ਹੀਦਾਂ ਨੂੰ ਸ਼ਰਧਾ ਇਹੀ ਸੱਚੀ ਸ਼ਰਧਾਂਜਲੀ ਤੁਸੀਂ ਦੇਣਾ ਚਾਹੁੰਦੇ ਹਾਂ ਉਹਨਾਂ ਦੇ ਮਤਲਬ ਸ਼ਹੀਦੀ ਦਿਵਸ 'ਤੇ, ਔਰ ਅੱਜ ਉਹਨਾਂ ਦਾ ਜਨਮ ਦਿਨ 'ਤੇ ਕੇਕ ਕੱਟ ਕੇ ਤੁਸੀਂ ਜਿਹੜਾ। ਮੈਂ ਡਾਕਟਰ ਦਲਦਾਰ ਸਿੰਘ ਚਾਹਲ, ਸੂਬਾ ਸੀਨੀਅਰ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਪ੍ਰਧਾਨ। ਅੱਜ ਅਸੀਂ ਖਟਕੜ ਕਲਾਂ ਦੇ ਵਿੱਚ ਇਕੱਠੇ ਹੋਏ ਹਾਂ। ਸਭ ਤੋਂ ਪਹਿਲਾਂ ਤਾਂ ਨਵਾਂ ਸ਼ਹਿਰ ਦੁਆਬਾ ਚੈਨਲ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਇੱਥੇ ਆ ਕੇ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਕਿ ਸਾਡੇ ਬਾਰੇ ਵੀ
ਲੋਕਾਂ ਨੂੰ ਪਤਾ ਲੱਗ ਸਕਦੇ ਪਿੰਡਾਂ ਦੇ ਵਿੱਚ ਜਿਹੜੇ ਮੈਡੀਕਲ ਪ੍ਰੈਕਟਿਸ ਕੰਮ ਕਰ ਰਹੇ ਆ ਭਗਤ ਸਿੰਘ ਦੇ ਜਨਮ ਦਿਨ ਦੇ ਅੱਜ ਅਸੀਂ ਇੱਥੇ ਇਕੱਠੇ ਹੋ ਕੇ ਉਹਨਾਂ ਦਾ ਜਨਮ ਦਿਨ ਮਨਾ ਰਹੇ ਹਾਂ। ਸੋ ਅੱਜ ਅਸੀਂ ਇੱਥੇ ਵਿਦਿਆਪਤੀ ਭਵਨ ਦੇ ਵਿੱਚ 150-200 ਡਾਕਟਰ ਇਕੱਠੇ ਹੋ ਕੇ ਭਗਤ ਸਿੰਘ ਦਾ ਜਨਮ ਕੇਕ ਕੱਟ ਕੇ ਬਣਾਇਆ। ਬੜੀ ਖੁਸ਼ੀ ਹੈ, ਸਾਰਿਆਂ ਦੇ ਮਨ ਦੇ ਵਿੱਚ ਬਹੁਤ ਖੁਸ਼ੀ ਹੈ ਕਿਉਂਕਿ ਜਦੋਂ ਜਨਮ ਦਿਨ ਹੁੰਦੇ ਹਨ ਤਾਂ ਸਾਰਿਆਂ ਨੂੰ ਖੁਸ਼ੀਆਂ ਨਾਲ ਹੀ ਮਨਾਉਂਦੇ ਹਨ। ਸੋ ਅੱਜ ਅਸੀਂ ਇਹਨਾਂ ਦਾ ਜਨਮ ਦਿਨ ਮਨਾਇਆ, ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ। ਇੰਨਾ ਕਹਿੰਦਾ ਧੰਨਵਾਦ। ਹਾਂਜੀ, ਆਪਣਾ ਨਾਮ ਰਕੇਸ਼? ਮੈਂ ਡਾਕਟਰ ਰਕੇਸ਼ ਕੌਰ ਤੋਂ। ਹਾਂਜੀ, ਮੈਡੀਕਲ ਪ੍ਰੈਕਟੀਸ਼ਨ ਪੰਜਾਬ ਦਾ ਮੁੱਖ ਸਲਾਹਕਾਰ। ਅੱਜ ਅਸੀਂ ਭਗਤ ਸਿੰਘ ਜੀ ਦਾ 117ਵਾਂ ਜਨਮ ਦਿਨ ਆਪਣੇ ਜਥੇਬੰਦੀ ਵੱਲੋਂ ਇੱਥੇ ਸਾਡੇ ਕਲਾਂ ਸ਼ਹੀਦ ਭਗਤ ਸਿੰਘ ਦੇ ਪਿੰਡ ਵਿੱਚ ਮਨਾ ਰਹੇ ਹਾਂ। ਅਸੀਂ ਹਰ ਸਾਲ ਇੱਦਾਂ ਹੀ ਇਸੇ ਤਰ੍ਹਾਂ ਮਨਾਉਂਦੇ ਆ ਰਹੇ ਹਾਂ ਕਿ ਜਦੋਂ ਭਗਤ ਸਿੰਘ ਦਾ ਜਨਮ ਦਿਨ ਉਦੋਂ ਖੁਸ਼ੀ ਮਨਾਉਂਦੇ ਹਾਂ, ਜਿੱਦਣ ਉਹਨਾਂ ਦੀ ਬਰਸੀ ਹੁੰਦੀ ਆ ਉਸ ਦਿਨ ਅਸੀਂ ਗਮੀ ਵੀ ਨਾਲ ਵੀ ਅਸੀਂ ਇਹ ਮਨਾਉਂਦੇ ਹਾਂ। ਸਾਡਾ ਮਿਸ਼ਨ ਆ ਕਿ ਇਹ ਜਿਹੜਾ ਭਗਤ ਸਿੰਘ ਦਾ ਮਿਸ਼ਨ ਲੈ ਕੇ ਇਹ ਜਥੇਬੰਦੀ ਸਾਡੀ ਮੈਡੀਕਲ ਪ੍ਰੈਕਟੀਸ਼ਨ ਐਸੋਸੀਏਸ਼ਨ ਪੰਜਾਬ ਅਤੇ ਭਗਤ ਸਿੰਘ ਦਾ ਮਿਸ਼ਨ ਲੈ ਕੇ ਚੱਲੀ ਹੋਆ, ਅਸੀਂ ਉਹਨਾਂ ਦੇ ਪੂਰਿਆਂ 'ਤੇ ਚੱਲਦੇ ਰਹਾਂਗੇ। ਧੰਨਵਾਦ। ਕਿਉਂਕਿ ਉਸ ਸਮੇਂ ਦੀਆਂ ਜਿਹੜੀਆਂ ਹੈਗੀਆਂ ਨੇ ਯਾਦਾਂ ਆ, 1 ਪੈਸਾ 98-94-92, 1 ਪੈਸਾ ਪੁਰਾਣਾ, ਡਬਲ ਪੈਸਾ, ਬਹੁਤ ਵੱਡਾ ਪੈਸਾ, ਔਰ ਇੱਥੇ ਜਿਹੜੀਆਂ ਆ ਇਹ ਸਾਰੀਆਂ ਜਿਹੜੀਆਂ ਉਹ ਚੀਜ਼ਾਂ ਜਿਹੜੀਆਂ ਆ ਉਹ ਰੱਖੀਆਂ ਹੋਈਆਂ ਨੇ। ਔਰ ਆ ਤੁਸੀਂ ਚਾਂਦੀ ਦਾ ਰੁਪਈਆ ਜਾਂ ਆ ਟਿਕਟਾਂ ਵਗੈਰਾ ਜਿਹੜੀਆਂ ਆ ਇਹ ਵੀ ਸਾਰਾ ਕੁਛ ਰੱਖਿਆ ਹੋਇਆ, ਔਰ ਇਹ ਤੁਸੀਂ ਇਸ ਮੌਕੇ 'ਤੇ ਪੁਰਾਣੀ ਪਰੰਪਰਾ ਦੇਖ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ, ਕੀ ਨਾਮ ਹੈ ਅਤੇ ਕੀ ਕਹਿਣਾ ਚਾਹੋਗੇ? ਮੇਰਾ ਨਾਮ ਸਤਪਾਲ ਸਿੰਘ ਹੈ, ਮਨ ਬਹਾਦਰ। ਹਾਂ ਹਾਂਜੀ, ਮੈਂ ਸਮੁੱਚੇ ਦੇਸ਼ ਵਾਸੀਆਂ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ। ਠੀਕ ਹੈ। ਦੇਖ ਪਾ ਰਹੇ ਹੋ ਉਹਨਾਂ ਦੇ ਜਨਮ ਦਿਨ 'ਤੇ ਜਿਹੜਾ ਹੈਗਾ ਕੇਕ ਕੱਟਿਆ ਗਿਆ ਹੈਗਾ, ਲੇਕਿਨ ਇੱਕ ਇਹਨਾਂ ਦਾ ਜਿਹੜਾ ਉੱਥੇ ਇੱਕ ਨਾਰਾ ਲਿਖਿਆ ਹੋਇਆ, ਸਾਡਾ ਰੁਜ਼ਗਾਰ ਸਾਡਾ ਅਧਿਕਾਰ। ਵੈਸੇ ਰੁਜ਼ਗਾਰ ਜਿਹੜਾ ਆ ਉਹ ਤਾਂ ਸਾਰਿਆਂ ਨੂੰ ਪਤਾ ਹੀ ਆ ਕਿ ਆਜ਼ਾਦੀ ਤੋਂ ਬਾਅਦ ਕਿੰਨਾ ਕੁ ਲੋਕਾਂ ਨੂੰ ਮਿਲ ਚੁੱਕਾ ਹੈਗਾ, ਇਹਦੇ ਬਾਰੇ ਤਾਂ ਸਾਰੇ ਜਾਣਦੇ ਹੀ ਨੇ। ਸਾਡੀ ਕੋਸ਼ਿਸ਼ ਹੈਗੀ ਆ, ਤੁਸੀਂ ਦੇਖ ਪਾ ਰਹੇ ਹੋ ਮੈਡੀਕਲ ਪ੍ਰੈਕਟੀਸ਼ੀਅਨ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ। ਸਾਡੀ ਕੋਸ਼ਿਸ਼ ਹਮੇਸ਼ਾ ਰਹਿੰਦੀ ਆ ਕਿ ਅਸੀਂ ਤੁਹਾਨੂੰ ਜਿੰਨੇ ਵੀ ਇੱਥੇ ਕੋਈ ਪ੍ਰੋਗਰਾਮ ਹੁੰਦੇ ਨੇ, ਜੋ ਵੀ ਯੂਨੀਅਨ ਵੱਲੋਂ ਕੀਤੇ ਜਾਂਦੇ ਨੇ, ਉਹ ਤੁਹਾਨੂੰ ਸਾਰਾ ਹੀ ਜਿਹੜਾ ਆ ਉਹ ਅਸੀਂ ਇੱਥੇ ਦਿਖਾਈਏ। ਇਹ ਤੁਸੀਂ ਨਵਾਂ ਸ਼ਹਿਰ ਦੁਆਬਾ ਯੂਟਿਊਬ ਚੈਨਲ ਦੇ ਉੱਪਰ ਜਿਹੜਾ ਆ ਦੇਖ ਪਾ ਰਹੇ ਹੋ। ਸਾਡੀ ਕੋਸ਼ਿਸ਼ ਹੈਗੀ ਆ ਵੀ ਕੋਈ ਰਹਿ ਵੀ ਨਾ ਜਾਵੇ ਮੈਂਬਰ, ਕੋਸ਼ਿਸ਼ ਹੁੰਦੀ ਆ ਕਿ ਅਸੀਂ ਤੁਹਾਨੂੰ ਇਹ ਦਿਖਾਈਏ। ਦੇਖ ਸਕਦੇ ਹੋ ਔਰ ਮੈਡੀਕਲ ਪ੍ਰੈਕਟੀਸ਼ੀਅਨ ਯੂਨੀਅਨ ਜਿਹੜੀ ਆ ਉਹਨਾਂ ਵੱਲੋਂ ਪਹਿਲਾਂ ਜੋ ਕੇਕ ਕੱਟਿਆ ਗਿਆ, ਹੁਣ ਉਹਨਾਂ ਦੇ ਜਿਹੜਾ ਉਸ ਅਸਥਾਨ 'ਤੇ ਜਾਇਆ ਜਾ ਰਿਹਾ ਆ। ਦੇਖ ਸਕਦੇ ਹੋ ਜੋ ਮੈਡੀਕਲ ਪ੍ਰੈਕਟੀਸ਼ੀਅਨ ਯੂਨੀਅਨ ਜਿਹੜੀ ਹੈਗੀ ਆ ਉਹਨਾਂ ਵੱਲੋਂ ਜਿਹੜਾ ਪਹਿਲਾਂ ਕੇਕ ਕੱਟਿਆ ਗਿਆ,